ਵਿਆਹ ਵਾਲੇ ਮੁੰਡੇ ਨੇ ਮੌਕੇ ਤੇ ਕਰੀ ਅਜਿਹੀ ਕਰਤੂਤ, ਕੁੜੀ ਵਾਲੇ ਲੈ ਗਏ ਟੈਂਟ ਦੇ ਪਿੱਛੇ। ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼। ਜ਼ਿਆਦਾਤਰ ਵਿਆਹਾਂ ਵਿੱਚ ਕੁੜੀ ਵਾਲਿਆਂ ਵੱਲੋਂ ਆਪਣੀ ਹੈਸੀਅਤ ਦੇ ਅਨੁਸਾਰ ਆਪਣੀ ਧੀ ਨੂੰ ਦਾਜ ਦਹੇਜ ਦਿੱਤਾ ਜਾਂਦਾ ਹੈ, ਪਰ ਹੁਣ ਇੱਕ ਵਿਆਹ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਨੌਜਵਾਨ ਐਨ ਮੌਕੇ ਤੇ ਵਿਆਹ ਤੋਂ ਜਵਾਬ ਦੇ ਦਿੰਦਾ ਹੈ। ਪਰ ਜਦੋਂ ਕੁੜੀ ਵਾਲਿਆਂ ਵੱਲੋਂ ਮੁੰਡੇ ਨੂੰ ਕਿਹਾ ਜਾਂਦਾ ਹੈ ਕਿ ਤੇਰੇ ਮਾਂ ਪਿਓ ਨੇ ਵਾਸ਼ਿੰਗ ਮਸ਼ੀਨ, ਫਰਿੱਜ, ਸੋਫਾ, LCD ਜੋ ਸਮਾਨ ਮੰਗਿਆ ਸੀ ਸਾਰਾ ਹੀ ਦਿੱਤਾ ਹੈ, ਪਰ ਹੁਣ ਤੂੰ ਜਵਾਬ ਕਿਉਂ ਦੇ ਰਿਹਾ ਹੈ? ਇੱਥੋਂ ਤੱਕ ਕਿ ਤੂੰ 10 ਪੜਿਆ ਹੋਇਆ ਹੈ ਤੇ ਸਾਡੀ ਕੁੜੀ ਦੀ BA ਕਰੀ ਹੋਈ ਹੈ। ਤਾਂ ਮੁੰਡਾ ਕਹਿੰਦਾ, ਇਹ ਸਾਰਾ ਸਮਾਨ ਤਾਂ ਤੁਸੀਂ ਆਪਣੀ ਕੁੜੀ ਨੂੰ ਦੇ ਰਹੇ ਹੋ, ਮੈਨੂੰ ਤਾਂ ਮੋਟਰਸਾਈਕਲ ਚਾਹੀਦਾ ਹੈ। ਤਾਂ ਵਿਚੋਲਾ ਮੁੰਡੇ ਨੂੰ ਕਹਿੰਦਾ ਕਿ ਤੂੰ ਆਪਣੇ ਪਿਓ ਨੂੰ ਬੁਲਾ ਜਿਸਨੇ ਸਾਰੀ ਗੱਲ ਕਰੀ ਹੈ। ਮੁੰਡਾ ਵਿਚੋਲੇ ਨੂੰ ਕਹਿੰਦਾ ਕਿ ਮੇਰਾ ਪਿਓ ਕੀ ਕਰੂ, ਕੁੜੀ ਨਾਲ ਤਾਂ ਵਿਆਹ ਮੈਂ ਕਰਨਾ ਹੈ, ਜੇਕਰ ਤੁਸੀਂ ਮੋਟਰਸਾਈਕਲ ਨਾ ਦਿੱਤਾ ਤਾਂ ਮੈਂ ਵਿਆਹ ਨਹੀਂ ਕਰਨਾ। ਆਪਕੋ ਸਭ ਕੁਝ ਦੇ ਦੀਏ, ਫ੍ਰੀਜ ਦੇ ਦੀਜੀਏ, ਅਲਮਾਰੀ ਦੇ ਦੀਏ, ਸੋਫਾ ਸੈੱਟ ਦੇ ਦੀਏ, ਔਰ ਕਿਆ ਚਾਹੀਏ ਆਪਕੋ? ਮੇਰੇ ਕਾਮ ਤੇ ਨਹੀਂ ਦੀਏ ਹੈ। ਆਪ ਕਿਸੇ ਕਾਮ ਕਾ ਹੈ, ਕਿਸੇ ਘਰ ਜਾ ਰਹਾ ਹੈ? ਤਾਂ ਆਪਕੋ ਸਿਗਰੀ ਵੀ ਦੇ ਦੀਏ। ਯੇ ਆਪਣੇ ਬਹਨ ਕੋ ਦੇ ਰਹੇ ਨਾ? ਬਹਨ ਕੋ ਦੇ ਰਹੇ ਹੈ? ਮੁਝੇ ਬਾਈਕ ਚਾਹੀਏ। ਬਾਈਕ ਚਾਹੀਏ? ਅਬ ਸ਼ਾਦੀ ਕੇ ਸਮੇਂ ਬਾਈਕ ਚਾਹੀਏ ਤੁਮਕੋ? ਬਾਈਕ ਚਾਹੀਏ ਤਬ ਸੇ ਨੂੰ ਡਾਲੇ। ਆਪਕੇ ਬਾਪ ਕੋ ਬੁਲਾਈਏ ਡਾਕਟਰ। ਤੁਹਾਨੂੰ ਇਸ ਵਿੱਚ ਕਿਸ ਦੀ ਗਲਤੀ ਲੱਗਦੀ ਹੈ ਕਮੈਂਟਾਂ ਵਿੱਚ ਜਰੂਰ ਦੱਸਿਓ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ।